ਲੰਗੜੀ ਧੁੰਦ ਦੇ ਕਾਰਨ ਵਾਪਰਿਆ ਜ਼ਬਰਦਸਤ ਹਾਦਸਾ। ਇੱਕ ਤੋਂ ਬਾਅਦ ਇੱਕ ਗੱਡੀਆਂ ਟਕਰਾਈਆਂ ਆਪਸ ਦੇ ਵਿੱਚ, ਕਾਰ ਚਾਲਕਾਂ ਦੀ ਹੋਈ ਆਪਸ ਦੇ ਵਿੱਚ ਤੂੰ ਤੂੰ ਮੈਂ ਮੈਂ, ਗੱਡੀਆਂ ਦੇ ਹੋਇਆ ਭਾਰੀ ਨੁਕਸਾਨ, ਜਦਕਿ ਜਾਨੀ ਨੁਕਸਾਨ ਤੋਂ ਹੋਇਆ ਬਚਾਅ। ਫਾਜ਼ਿਲਕਾ ਦੇ ਵਿੱਚ ਜ਼ਬਰਦਸਤ ਘਟਨਾ ਵਾਪਰੀ ਹੈ। ਸੰਘਣੀ ਧੁੰਦ ਦੇ ਚੱਲਦੇ ਕਈ ਗੱਡੀਆਂ ਆਪਸ ਦੇ ਵਿੱਚ ਇੱਕ ਤੋਂ ਬਾਅਦ ਇੱਕ ਟਕਰਾਈਆਂ ਨੇ, ਜਿਸ ਤੋਂ ਬਾਅਦ ਕਾਰ ਚਾਲਕਾਂ ਦੀ ਆਪਸ ਦੇ ਵਿੱਚ ਬਹਿਸ ਹੁੰਦੀ ਵੀ ਵੇਖੀ ਜਾ ਸਕਦੀ ਹੈ। ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ, ਸੜਕ ਤੇ ਤੁਸੀਂ ਵੇਖ ਸਕਦੇ ਹੋ ਜਿਹੜੇ ਕਾਰ ਚਾਲਕ ਨੇ ਉਹ ਆਪਸ ਦੇ ਵਿੱਚ ਬਹਿਸਦੇ ਹੋਏ ਵਿਖਾਈ ਦੇ ਰਹੇ ਨੇ। ਸੰਘਣੀ ਧੁੰਦ ਦੇ ਚੱਲਦੇ ਜਿਹੜਾ ਇਹ ਹਾਦਸਾ ਵਾਪਰਿਆ, ਇੱਕ ਤੋਂ ਬਾਅਦ ਇੱਕ ਗੱਡੀਆਂ ਆਪਸ ਦੇ ਵਿੱਚ ਟਕਰਾਉਂਦੀਆਂ ਨੇ, ਤਾਂ ਗੱਡੀਆਂ ਦੇ ਜਿਹੜੇ ਡਰਾਈਵਰ ਨੇ ਇਹ ਉਹ ਉਤਰ ਕੇ ਬਾਹਰ ਆ ਜਾਂਦੇ ਨੇ, ਅਤੇ ਗੱਡੀਆਂ ਦੇ ਡਰਾਈਵਰਾਂ ਦਾ ਇਹ ਕਹਿਣਾ ਹੈ ਕਿ ਜਿਹੜਾ ਇੱਕ ਟਰੱਕ ਖੜ੍ਹਾ ਸੀ ਉਸਦੇ ਵਿੱਚ ਇੱਕ ਤੇਜ਼ ਰਫ਼ਤਾਰ ਟਰੱਕ ਆ ਕੇ ਵੱਜਦਾ ਹੈ, ਅਤੇ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਜਾਂਦਾ ਹੈ, ਅਤੇ ਉਸ ਤੋਂ ਬਾਅਦ ਜਿਹੜੀਆਂ ਪਿਛਲੀਆਂ ਗੱਡੀਆਂ ਹੁੰਦੀਆਂ ਨੇ ਇੱਕ ਤੋਂ ਬਾਅਦ ਇੱਕ ਆਪਸ ਦੇ ਵਿੱਚ ਟਕਰਾ ਜਾਂਦੀਆਂ ਨੇ। ਹਾਦਸੇ ਦੇ ਦੌਰਾਨ ਜਿਹੜੇ ਰੇਹੜੀ ਵਾਲਾ ਉਸਦਾ ਕਾਫ਼ੀ ਜ਼ਿਆਦਾ ਨੁਕਸਾਨ ਹੋਇਆ ਅਤੇ ਉਹ ਜ਼ਖਮੀ ਵੀ ਹੋਇਆ, ਪਰ ਗਨੀਮਤ ਰਹੀ ਹੈ ਕਿ ਕਿਸੇ ਵੀ ਤਰੀਕੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋਇਆ। ਸੋ ਸੰਘਣੀ ਧੁੰਦ ਦੇ ਚੱਲਦੇ ਇਹ ਆਪਣੇ ਪਰਿਵਾਰਕ ਮੈਂਬਰਾਂ ਦਾ ਧਿਆਨ ਰੱਖਿਆ ਜਾਵੇ, ਠੰਡ ਦੇ ਵਿੱਚ ਬਾਹਰ ਨਾ ਨਿਕਲਿਆ ਜਾਵੇ, ਅਤੇ ਜਿਹੜੀ ਰਫ਼ਤਾਰ ਹੈ ਗੱਡੀਆਂ ਦੀ ਉਹ ਜੇਕਰ ਤੁਸੀਂ ਬਾਹਰ ਜਾਂਦੇ ਵੀ ਹੋ ਆਪਣੇ ਕੰਮ ਵਸੀਲੇ ਲਈ, ਤਾਂ ਉਹ ਥੋੜ੍ਹੀ ਹੌਲੀ ਰੱਖੀ ਜਾਵੇ, ਤਾਂ ਜੋ ਆਪਣਿਆਂ ਦਾ ਅਤੇ ਦੂਜਿਆਂ ਦਾ ਵੀ ਬਚਾਅ ਕੀਤਾ ਜਾ ਸਕੇ। ਤਾਂ ਇਹ ਟਰੱਕ ਖਰਾਬ ਖੜ੍ਹਾ ਸੀ ਅੱਗੇ, ਪਹਿਲਾਂ ਤਾਂ ਜਾਮ ਲੱਗਿਆ ਹੋਇਆ ਸੀ, ਪਿੱਛੇ ਆ ਗੱਡੀ ਆ ਕੇ ਖੜ੍ਹ ਗਈ, ਉਹਦੇ ਪਿੱਛੇ ਆ ਰਿਕਸ਼ਾ ਆ ਗਈ ਸੀ ਵਾਲੀ, ਉਹ ਤਕਰੀਬਨ 70-80 ਸਪੀਡ 'ਤੇ ਗੱਡੀ ਹੋਏਗੀ ਤੇਜ਼ ਤੇਜ਼, ਉਹਨੇ ਲਿਆ ਕੇ ਪਿੱਛੇ ਮਾਰਿਆ, ਉੱਥੋਂ ਦੀ ਆ ਵੀ 30 ਫੁੱਟ 'ਤੇ ਆ ਕੇ ਰਿਕਸ਼ਾ ਪਈ ਆ ਗਏ, ਨਾਲੇ ਉਹਦੇ ਟਾਇਰ ਪਾੜ ਗਿਆ ਮੁੰਡੇ ਦਾ, ਸੱਟਾਂ ਵੱਜੀਆਂ ਬਹੁਤ ਜ਼ਿਆਦਾ, ਸਰਕਾਰੀ ਹਸਪਤਾਲ ਲੈ ਗਏ ਸੰਦੀਪ ਨੂੰ, ਆਪਣਾ ਸਪਲਾਈਮੈਨ ਹੈਗਾ ਜੀ, ਗੈਂਸ ਦਾ ਕੰਮ ਕਰਦਾ ਹੈ, ਟਾਫਰ ਗੈਂਸ ਕੰਮ 'ਤੇ ਚੱਲਿਆ ਸਵੇਰ, ਮੈਨੂੰ ਫੋਨ ਆਇਆ ਅਤੇ ਮੈਂ ਆਇਆ ਭੱਜ ਕੇ, ਹੁਣ ਅਨੁਸ ਪਹਿਲਾਂ ਸਰਕਾਰੀ ਹਸਪਤਾਲ ਲੈ ਗਏ ਨੇ ਮੁੰਡੇ ਆਪਣੇ, ਮਹਿੰਦਰ ਜੀ ਗਏ ਨੇ ਲੈਣ ਲੈ ਕੇ। ਖੜ੍ਹੇ ਸੀ ਭਾਈ, ਟ੍ਰੈਫਿਕ ਸੀ ਅੱਗੇ ਜਾਮ ਜੀ, ਪਿੱਛੇ ਖੜ੍ਹੇ ਸੀ, ਆ ਭਾਈ ਸਾਹਿਬ ਆਏ ਨੇ ਪਿੱਛੇ ਠੁੱਕੀ ਗੱਡੀ ਇਹਨਾਂ ਨੇ ਲੈ ਕੇ। ਅੱਛਾ, ਗੱਡੀ ਦਾ ਨੁਕਸਾਨ ਤੁਹਾਡੇ ਸਾਹਮਣੇ, ਰਿਟਸ ਗੱਡੀ ਜੀ, ਉਹ ਸਾਹਮਣੇ ਕੋਈ ਇੱਕ ਗਾਡੀ ਆ ਗਈ ਸੀ, ਉਸਕੇ ਵਜ੍ਹਾ ਸੇ ਆਗੇ ਵਾਲਾ ਗਾਡੀ ਵਾਲਾ ਖੜਾ ਬ੍ਰੇਕ ਲੈ ਲਿਆ, ਉਸਕੇ ਵਜ੍ਹਾ ਸੇ ਡਾਲਾ ਵੀ ਲੱਗ ਗਈ, ਨੁਕਸਾਨ ਤਾਂ ਦੇਖ ਲਓ ਆਪ ਕਿਤਨਾ ਵੱਗ ਗਿਆ ਸਾਲਾ, ਹਮ ਇੱਧਰ ਅਬੋਸ ਜਾ ਰਹੇ ਥੇ। ਸਰ ਮੋਟਰਸਾਈਕਲ ਹੈਗਾ ਮੇਰਾ ਰੇਹੜੀ ਵਾਲਾ, ਖੜਾ ਸੀ ਅੱਗੇ ਟ੍ਰੈਫਿਕ, ਆ ਜਾਮ ਟਰਾਲਾ ਖੜਾ ਜੀ, ਟਰਾਲਾ ਖੜੇ ਕਰਕੇ ਸਾਰੇ ਇੱਥੇ ਖੜ੍ਹ ਗਏ, ਪਿੱਛੇ ਖੜਾ ਸੀ ਮੈਂ ਜੀ ਆ ਕਾਰ ਦੇ ਬਗੈਰ। ਅੱਛਾ, ਉਹ ਬਿੱਲੀ ਪਤਾ ਨਹੀਂ ਕਿੰਨੀ ਸਪੀਡ 'ਚ ਆਇਆ, ਮਗਰੋਂ ਉਹਨੇ ਮਾਰਿਆ ਆ ਕੇ ਮਗਰੋਂ ਲਿਆ ਕੇ ਜੀ, ਖੜੇ ਖੜੇ ਦੇ ਵਿੱਚ ਕਾਰ ਜਾ ਗਈ ਜੀ, ਕਾਰ ਕਾਰ ਵੱਜੀ, ਹਾਂਜੀ ਭਾਅ ਜੀ ਉੱਠਿਆ ਨਜ਼ਾਰਾ, ਟੋਈ ਜੇ ਵੱਜੀ ਹੈ,